ਜਗਰਾਓ ਦੇ ਪਿੰਡ ਰਸੂਲਪੁਰ ਮੱਲਾ ਦੇ ਸਾਬਕਾ ਕਾਂਗਰਸੀ ਸਰਪੰਚ ਦੇ ਦੁਆਰਾ ਕਾਂਗਰਸ ਛੱਡ ਕੇ ਭਾਜਪਾ ਦੇ ਵਿੱਚ ਜਾਣ ਦੇ ਉੱਤੇ ਆਸਟ੍ਰੇਲੀਆ ਤੋਂ ਭਾਜਪਾ ਛੱਡਣ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ। ਜਿਸ ਸੰਬੰਧੀ ਸਾਬਕਾ ਸਰਪੰਚ ਨੇ SSP ਜਗਰਾਓ ਨੂੰ ਸ਼ਿਕਾਇਤ ਦੇ ਕੇ ਆਪਣੀ ਜਾਨ ਮਾਲ ਦੀ ਰੱਖਿਆ ਕਰਨ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਇਹ ਸਾਬਕਾ ਸਰਪੰਚ ਗੁਰਸਿਮਰਨ ਸਿੰਘ ਕੇਂਦਰੀ ਮੰਤਰੀ ਰਵਨੀਤ ਬਿੱਟੂ ਦਾ ਖਾਸਮ ਖਾਸ ਹੈ ਅਤੇ ਬਿੱਟੂ ਦੇ ਕਹਿਣ ਦੇ ਉੱਤੇ ਇਸਨੇ ਕਾਂਗਰਸ ਛੱਡ ਕੇ ਭਾਜਪਾ ਦਾ ਪੱਲਾ ਫੜਿਆ। ਪਰ ਹੁਣ ਜਿੱਥੇ ਇਸ ਨੂੰ ਆਸਟ੍ਰੇਲੀਆ ਤੋਂ ਇਸ ਦੇ ਪਿੰਡ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਪਿੰਡ ਦੇ ਹੀ ਇੱਕ ਹੋਰ ਬੰਦੇ ਦੇ ਨਾਲ ਮਿਲ ਕੇ ਇਸ ਨੂੰ ਭਾਜਪਾ ਛੱਡਣ ਦੀਆਂ ਧਮਕੀਆਂ ਦਿੱਤੀਆਂ ਨੇ ਅਤੇ ਭਾਜਪਾ ਨਾ ਛੱਡਣ ਦੀ ਸੂਰਤ ਦੇ ਵਿੱਚ ਸਾਬਕਾ ਸਰਪੰਚ ਅਤੇ ਉਸਦੇ ਪੁੱਤਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਡਰਾਇਆ ਜਾ ਰਿਹਾ। ਤਾਂ ਸਾਬਕਾ ਸਰਪੰਚ ਨੇ ਦੱਸਿਆ ਹੈ ਕਿ ਇਹ ਸਿਲਸਿਲਾ ਕਰੀਬ 13 ਨਵੰਬਰ ਤੋਂ ਸ਼ੁਰੂ ਹੋਇਆ ਸੀਗਾ ਅਤੇ ਹੁਣ ਤੱਕ ਜਾਰੀ ਹੈ। ਤਾਂ ਪੁਲਿਸ ਨੂੰ ਇਸ ਸੰਬੰਧੀ ਸੂਚਿਤ ਕਰ ਦਿੱਤਾ ਗਿਆ, ਪਰ ਫੋਨ ਕਰਨ ਵਾਲਾ ਰੋਜ਼ਾਨਾ ਨਵੇਂ ਨਵੇਂ ਨੰਬਰਾਂ ਤੋਂ ਫੋਨ ਕਰਕੇ ਭਾਜਪਾ ਛੱਡਣ ਦੀਆਂ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੀਆਂ ਹਨ। ਅਤੇ ਇਸ ਬਾਰੇ ਜਦੋਂ ਜਗਰਾਓ ਦੇ ਪੁਲਿਸ ਨੂੰ ਇਸ ਬਾਬਤ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕੀ ਕੁਛ ਕਿਹਾ, ਆਓ ਤੁਹਾਨੂੰ ਸੁਣਾਉਂਦੇ ਹਾਂ। ਮੈਂ ਉਹਨਾਂ ਨੂੰ ਮੰਤਰੀ ਜੀ ਨੂੰ ਮੈਸੇਜ ਲਾਤਾ ਸੀਗਾ ਅਤੇ ਉਹਨਾਂ ਨੇ ਕਿਹਾ ਵੀ ਕੋਈ ਗੱਲ ਨਹੀਂ, ਤੁਸੀਂ ਪੁਲਿਸ ਨੂੰ ਕੰਪਲੇਂਟ ਕਰੋ ਵੀ ਪੁਲਿਸ ਦਾ ਕੰਮ ਆ ਨਾ ਵੀ ਇਹ 'ਤੇ ਜਾਂਚ ਕਰਨ, ਅਤੇ ਜਿਹੜਾ ਸ਼ਾਇਦ ਮੇਰੇ ਖਿਆਲ 'ਚ ਵੀ ਆਪਣੇ ਜਿਹੜੀ ਹੈਗੀ ਆ ਵੀ ਜਾਂਚ ਕਰਕੇ ਉਹ ਕਾਰਵਾਈ ਪੁਲਿਸ ਨੂੰ ਜਿਹੜੀ ਹੈਗੀ ਆ ਕਰਨੀ ਚਾਹੀਦੀ ਆ, ਅਤੇ ਮੈਂ ਉਹ ਕੰਪਲੇਂਟ ਦਿੱਤੀ ਹੋਈ ਆ। ਅੱਜ ਦੁਬਾਰਾ ਜਿਹੜੀ ਕੰਪਲੇਂਟ ਆ ਹੋਰ ਨੰਬਰਾਂ ਤੋਂ ਫੋਨ ਜਿਹੜੇ ਆ ਰਹੇ ਆ ਉਹ ਮੈਂ ਇੱਥੇ SSP ਸਾਹਿਬ ਕੋਲ ਆਇਆ ਵਾਂ ਆਪਣਾ ਪੱਖ ਰੱਖਣ ਵਾਸਤੇ, ਕੰਪਲੇਂਟ ਦੇਣ ਵਾਸਤੇ। ਕੀ ਬੇਨਤੀ ਕਰਦੇ ਹੋ, ਕੀ ਹੁਣ ਪੁਲਿਸ ਤੋਂ ਕੀ ਮੰਗ ਕਰਦੇ ਹੋ? ਪੁਲਿਸ ਤੋਂ ਮੰਗ ਇਹੀ ਹੈ ਜੀ ਵੀ ਇਹਨਾਂ ਦੇ ਜਿਹੜਾ ਹੈਗਾ ਵਾ ਅਤੇ ਜੋ ਵੀ ਇਹਨਾਂ ਨੇ ਦੁਬਾਰਾ ਇਹਨੂੰ ਕਾਲਾਂ ਕਰਦੇ ਨੇ ਇਹਨਾਂ ਨੰਬਰਾਂ ਦੀ ਜਾਂਚ ਅਤੇ ਇਹਨਾਂ ਦੀ ਜਿਹੜੀ ਅਰੈਸਟ ਕਰਨ, ਅਰੈਸਟ ਕਰਕੇ ਜਿਹੜਾ ਕੋਈ ਇਹਨਾਂ ਨੂੰ ਇਨਵੈਸਟ ਇਹਨਾਂ ਤੋਂ ਪੁੱਛ ਗਿੱਛ ਹੋਵੇ ਵੀ ਕਿਉਂ ਤੁਸੀਂ ਮਤਲਬ ਇਸ ਤਰ੍ਹਾਂ ਦੇ ਜਿਹੜਾ ਕੰਮ ਵੀ ਕਰਦੇ ਆ, ਅਤੇ ਇਹ ਬੇਨਤੀ ਮੈਂ ਕਰਦਾ ਵਾਂ ਪੁਲਿਸ ਤੋਂ। ਭਾਜਪਾ ਛੱਡਣ ਦੀਆਂ ਗੱਲਾਂ ਕਰਦੇ ਆ? ਬਿਲਕੁਲ ਜੀ ਬਿਲਕੁਲ, ਭਾਜਪਾ ਛੱਡਣ ਦੀ ਗੱਲ 'ਤੇ ਉਹ ਅੜੇ ਹੋਏ ਆ ਅਤੇ ਧਮਕੀਆਂ ਇਹ ਆ ਜੀ ਵੀ ਜਦੋਂ ਮਤਲਬ ਆ ਬੀਤੇ ਦਿਨ ਹੀ ਇਹ ਬੰਦਾ ਮੈਨੂੰ ਫੋਨ ਕਰਦਾ ਵਾ ਅਤੇ ਕਰਕੇ ਇਹ ਮੇਰੇ ਬੇਟੇ ਨੂੰ ਨੇ ਜਦੋਂ ਫੋਨ ਚੱਕਿਆ ਉਹਨੂੰ ਵੀ ਧਮਕਾਉਣ ਲੱਗ ਗਿਆ ਅਤੇ ਇਹ ਇਹ ਆਸਟ੍ਰੇਲੀਆ ਰਹਿੰਦਾ ਜੀ, ਮੇਰੇ ਇੱਥੋਂ ਮਤਲਬ ਪਿੰਡ ਦਾ ਹੈਗਾ ਵਾ ਗੁਰਪ੍ਰੀਤ ਗੋਪੀ, ਪਹਿਲਾਂ ਵੀ ਕਾਫੀ ਇਹ ਮੁਕੱਦਮਿਆਂ ਦੇ ਵਿੱਚ PO ਆ ਅਤੇ ਪੁਲਿਸ ਨੂੰ ਲੋੜੀਦਾ ਇੱਥੋਂ ਇਹ ਭੱਜਿਆ ਹੋਇਆ ਵਾ। ਹੁਣ ਇਹ ਬੰਦਾ ਜਿਹੜਾ ਹੈਗਾ ਵਾ ਵੀ ਬੜਾ ਖਤਰਨਾਕ ਆ, ਇਸ ਬੰਦੇ ਨੂੰ ਕਿਸੇ ਦੀ ਮਤਲਬ ਇਨਸਾਨ ਦੀ ਜਾਨ ਇਹਦੇ ਲਈ ਕੋਈ ਖਾਸ ਮਾਇਨੇ ਨਹੀਂ ਰੱਖਦੀ ਗੀ ਅਤੇ ਇਹਨਾਂ ਦਾ ਲਾਲਚ ਜਿੱਥੋਂ ਤੱਕ ਮੈਨੂੰ ਲੱਗਦਾ ਵੀ ਇਹ ਆ ਵੀ ਇਹ ਇੱਕ ਤਾਂ ਮੈਨੂੰ ਪਾਰਟੀ ਛੱਡਣ ਦੀ ਆ, ਮਤਲਬ ਤੂੰ ਕਿਉਂ ਜੀ, ਅਸੀਂ ਤਾਂ ਤੈਨੂੰ ਕਾਂਗਰਸ ਕਰਕੇ ਤੈਨੂੰ ਸਰਪੰਚ ਬਣਾਇਆ ਸੀ, ਤੂੰ BJP ਚਲਿਆ ਗਿਆ, ਕਿਹਨੂੰ ਪੁੱਛ ਕੇ ਗਿਆ ਵਾਂ, ਜਾਂ ਤਾਂ BJP ਛੱਡ ਦੇ ਨਹੀਂ ਫਿਰ ਸਾਨੂੰ ਛਡਾਉਣੀ ਆਉਂਦੀ ਆ। ਚਲੋ ਉਸ ਤੋਂ ਬਾਅਦ 'ਚ ਮੈਂ ਇੱਥੇ ਪੁਲਿਸ ਨੂੰ ਕੰਪਲੇਂਟ ਕੀਤੀ ਆ, ਕੰਪਲੇਂਟ ਹੋਣ ਤੋਂ ਬਾਅਦ ਦੇ ਵਿੱਚ ਵੀ ਇਹ ਵਾਰ ਵਾਰ ਮਤਲਬ ਫਿਰ ਨਵੇਂ ਨਵੇਂ ਨੰਬਰਾਂ ਤੋਂ ਮਤਲਬ ਫੋਨ ਕਾਲਾਂ ਆਉਂਦੀਆਂ ਨੇ, ਥ੍ਰੈਟ ਕਰਦੇ ਨੇ ਅਤੇ ਜਿਹੜੀ ਹੈਗੀ ਆ ਵੀ ਇਹਦਾ ਦਬਾਅ ਵੀ ਬਣਾਉਂਦੇ ਆ, ਕੰਪਲੇਂਟ ਵਾਪਸ ਲੈਣ ਦੀ ਦਬਾਅ ਬਣਾਉਂਦੇ ਨੇ। ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਬਿਲ ਬਿਲਕੁਲ ਜੀ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਨੇ ਅਤੇ ਮੈਂ ਪੁਲਿਸ ਨੂੰ ਮਤਲਬ ਬੇਨਤੀ ਇਹ ਕਰਦਾ ਵਾਂ ਵੀ ਜਿਹੜੇ ਇਹਨਾਂ ਦੇ ਸਾਥੀ ਇੱਥੇ ਰਹਿੰਦੇ ਨੇ ਜਾਂ ਜਿਹੜੇ ਨੰਬਰਾਂ ਤੋਂ ਮੈਨੂੰ ਮਤਲਬ ਹੋਰਾਂ ਨੰਬਰਾਂ ਤੋਂ ਨਵਿਆਂ ਤੋਂ ਕਾਲਾਂ ਆ ਰਹੀਆਂ ਨੇ ਉਹਨਾਂ ਦੀ ਜਾਂਚ ਕਰਕੇ ਜਿਹੜੇ ਇੰਡੀਆ ਰਹਿੰਦੇ ਨੇ ਉਹਨਾਂ ਨੂੰ ਮਤਲਬ ਜਿਹੜਾ ਅਰੈਸਟ ਕਰਨਾ ਚਾਹੀਦਾ
ਅਤੇ ਹਰ ਤਰੀਕੇ ਨਾਲ ਜਿਹੜੀ ਮੇਰੀ ਜਾਨ ਦੀ ਅਤੇ ਮਾਲ ਦੀ। ਸਿਮਰਨ ਜੀ, ਕੀ ਤੁਹਾਨੂੰ 12 ਨੰਬਰ ਤੋਂ ਕਿਉਂ ਧਮਕੀ ਆਈ ਆ? ਤੁਸੀਂ ਕਾਂਗਰਸ ਛੱਡ ਕੇ ਭਾਜਪਾ 'ਚ ਗਏ ਹੋ, ਰਵਨੀਤ ਬਿੱਟੂ ਦੇ ਕਾਫੀ ਨਜ਼ਦੀਕੀ ਵੀ ਹੈਗੇ ਹੋ, ਕੀ ਧਮਕੀ ਆਈਆਂ ਤੁਹਾਨੂੰ ਭਾਜਪਾ ਛੱਡਣ ਦੇ ਮਾਮਲੇ ਨੂੰ ਲੈ ਕੇ? ਜੀ ਤਕਰੀਬਨ ਮਤਲਬ ਅੱਜ ਤੋਂ 6ਵੇਂ ਮਹੀਨੇ ਦੇ ਵਿੱਚ, ਜੂਨ ਜੁਲਾਈ ਦੀ ਗੱਲ ਆ, ਉਦੋਂ ਤੋਂ ਇਹ ਬੰਦਾ ਮਤਲਬ ਮੈਨੂੰ ਇੱਕ ਦੋ ਵਾਰੀ ਥਰੈਟ ਇਹਨੇ ਕੀਤਾ ਸੀਗਾ ਅਤੇ ਮੈਂ ਨੰਬਰ ਬਲੌਕ ਕਰਤਾ। ਅੱਜ ਜਿੱਦਣ 15 ਤਰੀਕ ਵਾਲੇ ਦਿਨ ਸਰਪੰਚੀ ਦੀ ਇਲੈਕਸ਼ਨ ਵਾਲੇ ਦਿਨ ਸ਼ਾਮ ਨੂੰ ਤਕਰੀਬਨ ਮੇਰੇ ਖਿਆਲ 'ਚ ਵੀ 4:45 ਮੈਨੂੰ ਇਹਦਾ ਫੋਨ ਆਉਂਦਾ, ਅਤੇ ਉਹ ਫੋਨ ਗੱਡੀ 'ਚ ਸੀਗਾ, ਮੇਰੇ ਬੇਟੇ ਕੋਲ ਸੀ, ਬੇਟੇ ਨੇ ਚੱਕਿਆ ਤਾਂ ਉਹਨੂੰ ਧਮਕੀਆਂ ਦੇ ਕੇ, ਅਤੇ ਉਹ ਕਹਿੰਦਾ ਜੀ ਵੀ ਮਤਲਬ ਕਹਿੰਦਾ ਆਪਦੇ ਪਾਪਾ ਨਾਲ ਗੱਲ ਕਰਾ, ਅਤੇ ਉਹ ਕਹਿੰਦਾ ਵੀ ਉਹ ਤਾਂ ਅੰਦਰ ਨੇ। ਹਾਂਜੀ, ਇੱਕ ਸਰਪੰਚ ਨੇ ਗੁਰਸਿਮਰ ਸਿੰਘ, ਸਾਬਕਾ ਸਰਪੰਚ ਨੇ ਸੂਰਪੁਰ ਦੇ, ਠੀਕ ਹੈ, ਉਹਨਾਂ ਬਿਆਨ 'ਤੇ ਮੁਕੱਦਮਾ ਨੰਬਰ 114/15/24, ਠੀਕ ਹੈ ਜੀ, JR 296-352-1-3 BNS ਥਾਣਾ ਠੂਰ ਦਰਜ ਹੋਇਆ ਜੀ, ਅਤੇ ਵਰਖਲਾਫ ਹੋਇਆ ਜੀ, ਗੁਰਪ੍ਰੀਤ ਸਿੰਘ ਗੋਪੀ ਪੁੱਤਰ ਮੱਗਰ ਸਿੰਘ, ਇੱਕ ਹਰਵਿੰਦਰ ਸਿੰਘ ਭੀਮੀ ਪੁੱਤਰ ਗੁਰਮੇਲ ਸਿੰਘ, ਸੂਰਪੁਰ ਦੇ ਨੇ। ਜਿਹੜਾ ਗੁਰਪ੍ਰੀਤ ਸਿੰਘ ਗੋਪੀ ਆ ਉਹ ਹੈਗਾ ਆਸਟ੍ਰੇਲੀਆ ਰਹਿੰਦਾ ਸਰ ਜੀ। ਹਾਂਜੀ, ਅਤੇ ਇਹਦੇ ਮਤਲਬ ਕੋਈ ਜਿਹੜਾ ਇੱਥੋਂ ਦਾ ਲੋਕਲ ਸੀਗਾ ਉਹਦੀ ਵੀ ਕੋਈ ਹੋਈ ਹੈ ਗ੍ਰਿਫਤਾਰੀ? ਅਜੇ ਨਹੀਂ, ਅਜੇ ਗ੍ਰਿਫਤਾਰੀ ਨਹੀਂ ਹੋਈ ਬਾਕੀ ਜੀ। ਸਰ ਉਹਨੂੰ ਅਜੇ ਹੁਣ ਵੀ ਧਮਕੀਆਂ ਆਈਆਂ ਨੇ, ਬੀਤੇ ਕੱਲ੍ਹ ਵੀ ਉਹਨੂੰ ਧਮਕੀਆਂ ਆਈਆਂ ਨੇ ਦੁਬਾਰਾ ਹੋਰ ਨੰਬਰਾਂ ਤੋਂ ਵੀ, ਉਹਦੀ ਵੀ ਕੋਈ ਸ਼ਿਕਾਇਤ ਆ ਗਈ ਤੁਹਾਡੇ ਕੋਲ ਕਿੰਨੀ? ਨਹੀਂ, ਅਜੇ ਕੋਈ ਸ਼ਿਕਾਇਤ ਨਹੀਂ, ਜੋ ਆਈ ਤਾਂ ਉਸ ਮੁਤਾਬਕ ਕਾਰਵਾਈ ਕਰਾਂਗੇ ਅੱਗੇ ਵੀ ਅਸੀਂ।